ਤਿਸ ਬਿਨ ਦੂਜਾ ਅਵਰ ਨ ਕੋਈ, ਤਿਸ ਬਿਨ ਦੂਜਾ ਅਵਰ ਨ ਕੋਈ, ਤਿਸ ਬਿਨ ਦੂਜਾ ਅਵਰ ਨ ਕੋਈ, ਤਿਸ ਬਿਨ ਤੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਹੰਦ ਫਤਿਹ ਦਿਵਸ ਨੂੰ ਸਮਰਪਿਤ ਫਤਿਹ ਮਾਰਚ ਦੇ ਰੂਪ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸਾਹਿਬ ਫਤਿਹ ਜੰਗ ਚੱਪੜਚਿੜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਖਾਲਸਾਈ ਸ਼ਾਨੋ ਸ਼ੌਕਤ ਨਾਲ ਆਰੰਭ ਹੋਇਆ, ਜੋ ਕਿ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਸਮੇਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਇਆ। ਇਸ ਤੋਂ ਪਹਿਲਾਂ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਵੱਲੋਂ ਇਤਿਹਾਸਿਕ ਥੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਗਿਆ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਵੱਖ ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾ ਕੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦਾ ਵਜੀਦੇ ਤੋਂ ਬਦਲਾ ਲਿਆ, ਔਰ ਅੱਜ ਜਿਹੜਾ ਚੱਪੜਚਿੜੀ ਤੋਂ ਨਗਰ ਕੀਰਤਨ ਆ ਰਿਹਾ, ਉਹਦੀ ਅਰਦਾਸ ਤੋਂ ਉਪਰੰਤ ਜਿਹੜੀ ਸਮਾਪਤੀ ਹੋਈ ਹੈ, ਔਰ ਸਮੁੱਚੀਆਂ ਸੰਗਤਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ, ਕਿਉਂਕਿ ਪ੍ਰੋਗਰਾਮ ਜਿਹੜਾ ਚੱਪੜਚਿੜੀ ਦੇ ਵਿੱਚ 10 ਤਰੀਕ ਤੋਂ ਆਰੰਭ ਹੋਏ ਸੀ। 10 ਤਰੀਕ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਸੀ, ਔਰ 12 ਤਰੀਕ ਨੂੰ ਭੋਗ ਤੋਂ ਉਪਰੰਤ ਜਿਹੜਾ ਇਹ ਨਗਰ ਕੀਰਤਨ ਦੀ ਫਤਿਹਗੜ੍ਹ ਸਾਹਿਬ ਆ ਕੇ ਸਮਾਪਤੀ ਹੋਈ ਹੈ। ਔਰ ਫਤਿਹਗੜ੍ਹ ਸਾਹਿਬ ਅੱਜ ਖੰਡਪਾਠ ਸਾਹਿਬ ਆਰੰਭ ਹੋ ਕੇ 14 ਤਰੀਕ ਨੂੰ ਜਿਹੜੇ ਉਹਦੇ ਭੋਗ ਪਾਏ ਜਾਣਗੇ। 14 ਤਰੀਕ ਨੂੰ ਭੋਗ ਤੋਂ ਉਪਰੰਤ ਜਿਹੜਾ ਢਾਡੀ ਦਰਬਾਰ ਕੀਰਤਨ ਦਰਬਾਰ ਆ ਜਿਹੜਾ ਉਹ ਕਰਾਇਆ ਜਾਊਗਾ, ਔਰ ਮੈਂ ਸਮੁੱਚੀਆਂ ਗੁਰੂ ਨਾਨਕ ਲੇਵਾ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ, ਔਰ ਅੱਜ ਫਤਿਹ ਦਿਵਸ ਦੀਆਂ ਮੈਂ ਸਮੁੱਚੀਆਂ ਗੁਰੂ ਨਾਨਕ ਲੇਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦੂੰ। 12 ਮਈ 1710 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਸੋਧਿਆ, ਉਸ ਤੋਂ ਉਪਰੰਤ ਜੇਤੂ ਦੇ ਤੌਰ 'ਤੇ ਸਰਹੰਦ ਦੇ ਵਿੱਚ ਪ੍ਰਵੇਸ਼ ਹੋਏ। ਸਰਹੰਦ ਨੂੰ ਫਤਿਹ ਕਰਕੇ ਸਿੱਖ ਰਾਜ ਦਾ ਨਿਸ਼ਾਨ ਇਸ ਧਰਤੀ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਦੇ ਵਿੱਚ ਚਲਾਇਆ ਗਿਆ, ਅਤੇ ਇੱਥੋਂ ਦੇ ਜਿਹੜੇ ਹਾਕਮ ਨਾਇਬ ਨੇ ਉਹ ਭਾਈ ਬਾਜ ਸਿੰਘ ਨੂੰ ਥਾਪਿਆ ਗਿਆ, ਅਤੇ ਸਰਹੰਦ ਦੀ ਫਤਿਹ ਦੀ ਯਾਦ ਦੇ ਵਿੱਚ ਹਰ ਸਾਲ ਚੱਪੜਚਿੜੀ ਦੇ ਅਸਥਾਨ ਤੋਂ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਨਗਰ ਕੀਰਤਨ ਦੀ ਪ੍ਰਾਰੰਭਤਾ ਹੁੰਦੀ ਹੈ, ਜੋ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਆ ਕੇ ਸੰਪੂਰਨਤਾ ਹੁੰਦੀ ਹੈ। ਉਸੇ ਪ੍ਰਾਣੀ ਥੇ ਦੇ ਉੱਪਰ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਚਲਾਇਆ ਜਾਂਦਾ ਹੈ। ਸੋ ਅੱਜ 12 ਮਈ ਹੈ, ਅੱਜ ਸਵੇਰੇ ਨਗਰ ਕੀਰਤਨ ਚੱਪੜਚਿੜੀ ਦੇ ਅਸਥਾਨ ਤੋਂ ਪ੍ਰਾਰੰਭ ਹੋਇਆ, ਜੋ ਫਤਿਹ ਮਾਰਚ ਦੇ ਰੂਪ ਦੇ ਵਿੱਚ ਇੱਥੇ ਸਰਹੰਦ ਦੀ ਧਰਤੀ 'ਤੇ ਪਹੁੰਚਿਆ, ਅਤੇ ਅੱਗੇ ਜੋਤੀ ਸਰੂਪ ਸਾਹਿਬ ਤੋਂ ਇੱਥੋਂ ਹੁੰਦੇ ਹੋਏ ਅੱਗੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਾ ਕੇ ਪ੍ਰਾਣੀ ਥੇ ਦੇ ਉੱਪਰ ਨਿਸ਼ਾਨ ਸਾਹਿਬ ਚਲਾਉਣ ਦੇ ਨਾਲ ਇਹਦੀ ਸੰਪੰਨਤਾ ਹੋਣੀ ਹੈ। ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੇ ਜਦੋਂ ਇਸ ਧਰਤੀ ਦੇ ਉੱਤੇ ਜ਼ਬਰ ਔਰ ਜ਼ੁਲਮ ਹੋ ਰਿਹਾ ਸੀ, ਔਰ ਖਾਸ ਤੌਰ 'ਤੇ ਸਰਹੰਦ ਦੀ ਧਰਤੀ ਦੇ ਉੱਤੇ
ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਕੀਤਾ ਔਰ ਇੱਥੇ ਦੇ ਜਿਹੜੇ ਜ਼ਾਲਮ ਹੁਕਮਰਾਨ ਸੀ ਉਹਨਾਂ ਨੇ ਉਸ ਸਮੇਂ ਜਿਹੜਾ ਬੜਾ ਵੱਡਾ ਤਸ਼ੱਦਦ ਕੀਤਾ ਔਰ ਉਸ ਸਮੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜਾ ਨੰਦੇੜ ਤੋਂ ਚੱਲ ਕੇ ਸਿੱਖ ਫੌਜਾਂ ਨਾਲ ਲੈ ਕੇ ਸੰਡੌਰਾ, ਸੋਨੀਪਤ, ਪਾਣੀਪਤ, ਬਨੂੜ ਤੋਂ ਹੁੰਦੇ ਹੋਏ ਚੁੱਪੜਚਿੜੀ ਆ ਕੇ ਬੜੀ ਵੱਡੀ ਜੰਗ ਹੋਈ, ਜਿਹਦੇ ਵਿੱਚ ਇੱਥੇ ਜਿਹੜਾ ਉਸ ਸਮੇਂ ਦਾ ਸੂਬਾ ਸੀਗਾ ਸੂਬਾ ਸਰਹੰਦ ਵਜ਼ੀਰ ਖਾਂ ਉਹਨੂੰ ਉੱਥੇ ਸੋਧਿਆ ਗਿਆ ਔਰ ਸੋਧ ਕੇ ਉਸ ਸਮੇਂ ਇਸ ਇਲਾਕੇ ਦੇ ਵਿੱਚ ਜਦੋਂ 12 ਮਈ 1710 ਈਸਵੀ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਇੱਥੇ ਪਹੁੰਚੇ ਔਰ ਇੱਥੇ ਪਹੁੰਚ ਕੇ ਉਹਨਾਂ ਨੇ ਜਿੱਥੇ ਸੁੱਚਾ ਆਨੰਦ ਵਰਗੇ ਜ਼ਾਲਮਾਂ ਨੂੰ ਖਤਮ ਕੀਤਾ ਉੱਥੇ ਜਿਹੜਾ ਇੱਥੇ ਆ ਕੇ ਜਿਹੜਾ ਉਹ ਅੱਜ ਵੀ ਉਸ ਕਿਲੇ ਦੇ ਉੱਤੇ ਜਿਹੜਾ ਉਸ ਉੱਥੇ ਜਿਹੜਾ ਅੱਜ ਵੀ ਮੌਜੂਦ ਹੈ ਉੱਥੇ ਜਿਹੜਾ ਕਿਲਾ ਸੀ ਉਹਦੇ ਉੱਤੇ ਆ ਕੇ ਜਿਹੜਾ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਚਲਾਇਆ ਔਰ 14 ਮਈ 1710 ਨੂੰ ਖਾਲਸਾ ਰਾਜ ਦਾ ਜਿਹੜਾ ਨਿਸ਼ਾਨ ਚਲਾ ਕੇ ਇੱਥੇ ਜਿਹੜੇ ਖਾਲਸਾ ਰਾਜ ਦਾ ਪਹਿਲਾ ਜਿਹੜਾ ਮੁੱਢ ਹੈ ਇਹ ਸਰਹੰਦ ਦੀ ਧਰਤੀ ਦੇ ਉੱਤੇ ਬੰਨਿਆ। ਸੋ ਮੈਂ ਸਮਝਦਾ ਅੱਜ ਸਮੁੱਚੀ ਸਿੱਖ ਸੰਗਤ ਹੈ ਜਿਹੜੀ ਜਿਹੜੀ ਉਸ ਦਿਨ ਨੂੰ ਅੱਜ ਮਨਾ ਰਹੀ ਹੈ ਔਰ ਅਸੀਂ ਅੱਜ ਜਿੱਥੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਯਾਦ ਕਰਦੇ ਹਾਂ ਉੱਥੇ ਜਿਨ੍ਹਾਂ ਸੂਰਬੀਰ ਯੋਧਿਆਂ ਨੇ ਉਸ ਸਮੇਂ ਕੁਰਬਾਨੀ ਕੀਤੀ ਵੱਡੀ ਕੁਰਬਾਨੀਆਂ ਕਰਕੇ ਜਿਹੜਾ ਉਸ ਸਮੇਂ ਜ਼ਾਲਮਾਂ ਨੂੰ ਸੋਧਿਆ ਔਰ ਸਰਹੰਦ ਫਤਿਹ ਕੀਤੀ ਅਸੀਂ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਉਹਨਾਂ ਨੂੰ ਸਿਜਦਾ ਕਰਦੇ ਹਾਂ ਅੱਜ ਇਸ ਧਰਤੀ ਦੇ ਉੱਤੇ ਖੜ ਕੇ ਸਮੁੱਚੀ ਸੰਗਤ ਜਿਹੜੀ ਅੱਜ ਇਸੇ ਦਿਨ ਨੂੰ ਬੜੇ ਜੋਸ਼ ਨਾਲ ਮਨਾ ਰਹੀ ਹੈ। ਸੋ ਸਾਰੀ ਸੰਗਤ ਦਾ ਅਸੀਂ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਹੈ ਉਹਨੂੰ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।